ਬੀਬੀ ਰਜਨੀ ਜੀ ਤੇ ਸਾਡੇ ਰਜਨੀ ਜੀ। ਚਲੋ ਤਾਂ ਜੈਟ ਐਂਡ ਜੂਲੀਅਟ 3 ਦਾ ਵੀ ਲੱਗਿਆ ਜੀ। ਇੱਕ ਏ ਨੇ ਬੀਬੀ ਰਜਨੀ, ਇੱਕ ਏ ਨੇ ਸਾਡੇ ਰਜਨੀ ਹੈ ਤਾਂ ਬਹੁਤ ਸੋਹਣੀ ਮੂਵੀ ਹੈ। ਕਿਵੇਂ ਲੱਗ ਰਿਹਾ ਮੈਡਮ? ਹਾਂਜੀ ਆਪਣੇ ਨਾਮ ਦੀ ਮੂਵੀ ਦੇਖਣ ਆਈ ਹੈ ਫਸਟ ਟਾਈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਬਾਕਸ ਤੇ। ਤਾਂ ਹੋਪ ਸੋ ਸਾਰੇ ਵਧੀਆ ਹੋਵੋਗੇ। ਤਾਂ ਅੱਜ ਅਸੀਂ ਆਏ ਹਾਂ ਬੀਬੀ ਰਜਨੀ ਮੂਵੀ ਦੇਖਣ। ਤਾਂ ਇਸ ਫਿਲਮ ਬਾਰੇ ਕਾਫੀ ਕੁਝ ਡਿਟੇਲ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ। ਪੰਜਾਬ ਦੀ ਹਿਸਟਰੀ ਨੂੰ ਰੀਪ੍ਰਜੈਂਟ ਕਰ ਰਹੀ ਹੈ ਮੂਵੀ, ਬਹੁਤ ਸੋਹਣੀ ਬਣੀ ਆ। ਅਤੇ ਜਿਹੜੇ ਚੈਨਲ 'ਤੇ ਪਹਿਲੀ ਵਾਰੀ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਵਲੌਗ ਨੂੰ ਪੂਰਾ ਦੇਖਿਓ। ਤਾਂ ਆਜੋ ਦੇਖਦੇ ਹਾਂ ਬੀਬੀ ਰਜਨੀ। ਤਾਂ ਅਸੀਂ ਆ ਗਏ ਹਾਂ ਓਮੈਕਸ ਮਾਲ ਪਟਿਆਲਾ ਮੂਵੀ ਮੈਕਸ। ਮੈਡਮ ਵੇਟ ਕਰ ਰਹੇ ਨੇ। ਹਾਂਜੀ ਚਲੀਏ, ਲੇਟ ਤਾਂ ਨਹੀਂ? 5 ਮਿੰਟ ਬਾਕੀ। ਚਲੋ ਹਾਂਜੀ, ਤਾਂ ਉੱਪਰ ਮੂਵੀ ਮੈਕਸ ਹੈ, ਅਸੀਂ ਬਾਏ ਸਟੇਅਰ ਜਾਵਾਂਗੇ। ਅਤੇ ਇਹ ਓਮੈਕਸ ਮਾਲ ਹੈ ਪਟਿਆਲੇ ਦਾ, ਬਹੁਤ ਸੋਹਣਾ ਮਾਲ ਹੈ। ਹੁਣ ਹੌਲੀ 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 ਕਰਕੇ ਥੋੜ੍ਹੀ ਬਹੁਤ ਕਰਾਊਡ ਦਿਖਣ ਲੱਗੀ ਹੈ, ਪਹਿਲਾਂ ਤਾਂ ਬਿਲਕੁਲ ਹੀ ਬਹੁਤ ਜ਼ਿਆਦਾ ਘੱਟ ਗਿਆ ਸੀ। ਅਤੇ ਆ ਜਾਓ ਚੱਲਦੇ ਮੂਵੀ ਵੱਲ। ਮੂਵੀ ਮੈਕਸ ਜੇਕਰ ਤੁਸੀਂ ਓਮੈਕਸ ਮਾਲ ਪਟਿਆਲਾ ਆਉਣੇ ਹੋ ਤਾਂ ਤੁਹਾਨੂੰ ਇੱਥੇ ਕਾਫੀ ਤਰ੍ਹਾਂ ਦੀਆਂ ਸ਼ੋਪਸ ਮਿਲਣਗੀਆਂ, ਜਿੱਥੇ ਗਾਰਮੈਂਟਸ ਦੇ ਉੱਪਰ ਕਾਫੀ ਤਰ੍ਹਾਂ ਦਾ ਡਿਸਕਾਊਂਟ ਵਗੈਰਾ, ਅਤੇ ਖਾਣ ਪੀਣ ਵਾਸਤੇ ਵੀ ਵਧੀਆ ਇੱਥੇ ਸ਼ੋਪਸ ਬਣੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਹਾਂਜੀ ਤਾਂ ਸਾਡੀ ਡੈਸਟੀਨੇਸ਼ਨ ਆ ਚੁੱਕੀ ਆ। ਇਹਦਾ ਟੌਪ ਵਿਊ ਆ ਮਾਲ ਦਾ, ਇਹ ਬੱਚਿਆਂ ਦੇ ਖੇਡਣ ਵਾਸਤੇ ਬਣਾਇਆ ਗਿਆ ਆ, ਹੈ ਨਾ। ਸਮਟਾਈਮ 'ਚ ਕੋਈ ਫੈਮਿਲੀ ਆਉਂਦੀ ਆ ਤਾਂ ਇੱਥੇ ਛੋਟੇ ਛੋਟੇ ਬੱਚੇ ਇੰਜੋਏ ਕਰ ਸਕਦੇ ਨੇ। ਬਾਕੀ ਕਾਫੀ ਤਰ੍ਹਾਂ ਦੀ ਇੱਥੇ ਸ਼ੋਪਸ ਨੇ, ਗਾਰਮੈਂਟਸ ਨੇ, ਤੁਸੀਂ ਆ ਕੇ ਇੱਥੇ ਸ਼ੋਪਿੰਗ ਵੀ ਕਰ ਸਕਦੇ ਹੋ। ਬੀਬੀ ਰਜਨੀ ਜੀ ਅਤੇ ਸਾਡੇ ਰਜਨੀ ਜੀ। ਚਲੋ ਤਾਂ ਜੈਟ ਐਂਡ ਜੂਲੀਅਟ 3 ਦਾ ਵੀ ਲੱਗਿਆ ਹੋਇਆ, ਹੈ ਨਾ। ਆਪਾਂ ਵੀ ਇਸ ਮੂਵੀ ਦੇ ਵਿੱਚ ਜ਼ਰੂਰ ਦੇਖਿਓ। ਅਤੇ ਚਲੋ ਜੀ ਆ ਜਾਓ। ਇਹ ਪਹਿਲਾਂ SRS ਹੁੰਦਾ ਸੀ, ਹੁਣ ਮੂਵੀ ਮੈਕਸ ਦੇ ਅੰਡਰ ਆ ਚੁੱਕਿਆ। ਤਾਂ ਇੱਥੇ 3 ਆਡੀਜ ਨੇ ਜਿੱਥੇ ਅਲੱਗ ਅਲੱਗ ਮੂਵੀਜ਼ ਲੱਗਦੀਆਂ ਨੇ। ਬੀਬੀ ਰਜਨੀ ਜੀ ਦੇ ਲੱਗੇ ਹੋਏ ਨੇ ਪੋਸਟਰ, ਇਹ ਅਪਕਮਿੰਗ ਮੂਵੀਜ਼ ਨੇ। ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਮੂਵੀ ਮੈਕਸ, ਇਹ ਬੀਬੀ ਰਜਨੀ ਜੀ ਦੇ ਲੱਗੇ ਹੋਏ ਨੇ ਪੋਸਟਰ ਅਤੇ ਸਾਡੇ ਰਜਨੀ ਜੀ। ਹਾਂਜੀ ਐਕਸਾਈਟਿਡ ਹੋ? ਸਾਹਮਣੇ ਕਰਾਊਡ, ਆਈ ਥਿੰਕ ਕਾਸਟਿੰਗ ਟੀਮ ਆਈ ਹੋਈ ਆ। ਤਾਂ ਆਡੀਅੰਸ ਆ ਰਹੀ ਹੈ ਹੌਲੀ ਹੌਲੀ ਕਰਕੇ, ਅਤੇ ਵਧੀਆ ਸਕਰੀਨ ਆ, ਵਧੀਆ ਹੋਏਗੀ ਮੂਵੀ, ਹੈ ਨਾ। ਹੋਪਸ ਉੱਤੇ ਆਪਾਂ ਇੰਜੋਏ ਕਰਨੀ ਆ ਸਾਰਿਆਂ ਨੇ। ਹਾਂਜੀ ਸ਼ੋਅ ਟਾਈਮ। ਮੈਮ
ਮਹਾਰਾਣੀ ਸਾਹਿਬਾ ਪਾਠਸ਼ਾਲਾ ਰਿਆਸਤ ਨਾਲ ਸਾਡੇ ਤਾਲੁਕ ਠੀਕ ਨਾ। ਦੁਨੀ ਚੰਦ ਆਪਣੀ ਰਿਆਸਤ ਲਈ ਵਾਰਿਸ ਚਾਹੁੰਦਾ ਸੀ, ਪਰ ਦੁਨੀ ਚੰਦ ਦੀ ਧਰਮ ਪਤਨੀ ਕੌਸ਼ਲਿਆ ਉਸ ਨੂੰ ਵਾਰਿਸ ਨਾ ਦੇ ਸਕੀ। ਜਿੱਦਾਂ ਇੰਟਰਵਲ ਹੋ ਗਿਆ, ਅਸੀਂ ਆਏ ਆ ਮੂਵੀ ਮੈਕਸ ਦੇ ਕੈਫੇਟੇਰੀਆ ਏਰੀਆ ਦੇ ਵਿੱਚ, ਤਾਂ ਜਿੰਨੀ ਵੀ ਆਡੀਅੰਸ ਆ ਭੁੱਖ ਵਗੈਰਾ ਲੱਗੀ ਆ ਹੈ ਨਾ ਇੰਟਰਵਲ ਟਾਈਮ, ਅਤੇ ਉਹ ਆਪਣੀ ਮੇਲ ਵਗੈਰਾ ਲੈ ਰਹੀ ਆ, ਅਸੀਂ ਵੀ ਦੇਖ ਰਹੇ ਹਾਂ ਕੁਛ ਖਾਂਦੇ ਪੀਂਦੇ ਹਾਂ, ਅਤੇ ਮੂਵੀ ਬਹੁਤ ਸੋਹਣੀ ਆ, ਇੰਟਰਵਲ ਹੋਇਆ ਆ, ਤੁਸੀਂ ਦੇਖਿਓ ਜ਼ਰੂਰ, ਬਹੁਤ ਇਮੋਸ਼ਨਲ ਹੈ, ਬਹੁਤ ਸੋਹਣਾ ਵਰਕ ਕੀਤਾ ਹੋਇਆ। ਕਿਵੇਂ ਲੱਗ ਰਿਹਾ? ਅਤੇ ਕਾਸਟਿੰਗ ਟੀਮ ਆਈ ਹੋਈ ਸੀ, ਯੋਗਰਾਜ ਸਿੰਘ ਭਾਅ ਜੀ ਆਏ ਸੀ ਹੈ ਨਾ, ਮਿਲੇ ਸੀਗੇ, ਚਲੋ ਪਰ ਟਾਈਮ ਥੋੜ੍ਹਾ ਸੀ ਕਿਉਂਕਿ ਆਡੀਅੰਸ ਬਹੁਤ ਜ਼ਿਆਦਾ ਸੀ, ਅਤੇ ਮੂਵੀ ਦੇ ਵਿੱਚ ਰਜਨੀ ਰਜਨੀ ਬਹੁਤ ਹੋ ਰਹੀ ਹੈ ਹੈ ਨਾ, ਜਿੰਨੀ ਵਾਰੀ ਵੀ ਰਜਨੀ ਰਜਨੀ ਹੁੰਦੀ ਹੈ ਮੇਰੇ ਵਾਲੀ ਹੀ ਲੱਗ ਰਹੀ ਹੈ ਸਟੋਰੀ। ਅੱਛਾ, ਤਾਂ ਤੁਸੀਂ ਇੰਜੋਏ ਕਰਿਓ, ਆਇਓ ਜ਼ਰੂਰ ਨਾ, ਬਾਕੀ ਦਿਖਾਉਣੇ ਅੱਗੇ। ਕਿਵੇਂ ਲੱਗ ਰਿਹਾ? ਹਾਂ ਰਜਨੀ ਰਜਨੀ ਹੋਈ ਵੀ। ਚਲੋ ਜੀ, ਇੱਕ ਇਹ ਨੇ ਬੀਬੀ ਰਜਨੀ, ਇੱਕ ਇਹ ਨੇ ਸਾਡੇ ਰਜਨੀ ਹੈ, ਤਾਂ ਬਹੁਤ ਸੋਹਣੀ ਮੂਵੀ ਆ। ਕਿਵੇਂ ਲੱਗ ਰਿਹਾ ਮੈਡਮ? ਹਾਂਜੀ, ਆਪਣੇ ਨਾਮ ਦੀ ਮੂਵੀ ਦੇਖਣ ਆਈ ਹੈ ਫਸਟ ਟਾਈਮ। ਤੁਸੀਂ ਹਾਂਜੀ, ਤਾਂ ਮੂਵੀ ਦੇਖ ਲਈ, ਬਹੁਤ ਇਮੋਸ਼ਨਲ ਮੂਵੀ ਆ, ਬਹੁਤ ਹੀ ਜ਼ਿਆਦਾ ਸੋਹਣੀ, ਸਾਰੀ ਟੀਮ ਨੂੰ ਬਹੁਤ ਬਹੁਤ ਕੰਗਰੈਚੁਲੇਸ਼ਨ, ਬਹੁਤ ਸੋਹਣਾ ਕੰਮ ਕੀਤਾ, ਬੈਕਗਰਾਊਂਡ ਮਿਊਜ਼ਿਕ ਹੋ ਗਿਆ, ਸਟੋਰੀ ਹੋ ਗਈ, ਬੈਕਗਰਾਊਂਡ ਮਿਊਜ਼ਿਕ ਹੋ ਗਿਆ, ਸਟੋਰੀ ਐਨੀਮੇਸ਼ਨ ਬਹੁਤ ਸੋਹਣੀ ਹੈ, ਐਂਡ ਸਟੋਰੀ ਦਾ ਹੋ ਗਿਆ, ਆਰਟ ਵਰਕ ਹੋ ਗਿਆ, ਐਂਡ ਜਿੰਨੇ ਵੀ ਆਰਟਿਸਟ ਨੇ ਹੈ ਨਾ, ਤਾਂ ਬਹੁਤ ਸੋਹਣਾ ਕੰਮ ਹੈ, ਬਹੁਤ ਬਹੁਤ ਮੁਬਾਰਕ। ਰੀਅਲ ਹੈ, ਐਵੇਂ ਨਹੀਂ ਹੈ ਕਿ ਜਦੋਂ ਕਿਸੇ ਨੂੰ ਪਤਾ ਨਾ ਹੋਵੇ, ਇੱਕ ਵਾਰ ਤੁਸੀਂ ਦੇਖੋਗੇ ਤੁਹਾਨੂੰ ਬਾਅਦ 'ਚੋਂ ਰੀਕੋਲ ਹੋਏਗਾ ਕਿ ਹਾਂ ਜਿੱਦਾਂ ਰੀਅਲ ਸਟੋਰੀ ਤੋਂ। ਬਾਕੀ ਆਪਾਂ ਨੂੰ ਬਹੁਤ ਸਾਰੇ ਮੈਸੇਜ ਮਿਲਦੇ ਹੈ, ਫਸਟ ਆਫ ਆਲ ਜਿਵੇਂ ਮੈਸੇਜ ਮਿਲਦਾ ਕਿ ਆਪਣੇ ਨਾਲ ਕੁਛ ਵੀ ਮਾੜਾ ਹੁੰਦਾ ਜਾਂ ਚੰਗਾ ਹੁੰਦਾ, ਆਪਾਂ ਨੂੰ ਰੱਬ ਦਾ ਥੈਂਕਸ ਕਰਨਾ ਚਾਹੀਦਾ, ਅਤੇ ਮਾੜੇ ਸਮੇਂ ਦੇ ਵਿੱਚ ਆਪਣੇ ਪਾਰਟਨਰ ਦਾ, ਆਪਣੀ ਫੈਮਿਲੀ ਦਾ ਕਦੇ ਵੀ ਸਾਥ ਨਹੀਂ ਛੱਡਣਾ ਚਾਹੀਦਾ। ਹਾਂਜੀ, ਤਾਂ ਮੂਵੀਜ਼ ਦੇ ਵਿੱਚ ਬਹੁਤ ਸਾਰੇ ਮੈਸੇਜ ਵੀ ਦਿੱਤੇ ਗਏ ਨੇ, ਤਾਂ ਆਪਣੇ ਰਿਲੀਜਨ ਬਾਰੇ, ਸਿੱਖ ਰਿਲੀਜਨ ਬਾਰੇ ਬਹੁਤ ਕੁਛ ਸਾਨੂੰ ਪਤਾ ਲੱਗਦਾ, ਅਤੇ ਇਹਦਾ ਨਾਮ ਦਾ ਨਿਵਾ ਲੈ ਲਿਆ ਡੇਢ ਦੇ ਵਿੱਚ ਰਜਨੀ, ਮਤਲਬ ਉਹਨਾਂ ਨੇ ਬੋਲਿਆ ਰਜਨੀ ਦਾ ਮਤਲਬ ਰਾਤ ਹੁੰਦਾ, ਪਰ ਇਹਦਾ ਮਤਲਬ ਹੁੰਦਾ ਕਿ ਜਦੋਂ ਸਵੇਰ ਆਉਂਦੀ ਤਾਂ ਰਾਤ ਆਉਂਦੀ, ਰਾਤ ਤੋਂ ਬਾਅਦ ਫਿਰ ਸਵੇਰ ਆਉਂਦੀ ਹੈ। ਤਾਂ ਮੂਵੀ ਦੇ ਵਿੱਚ ਜਿੱਦਾਂ ਮੈਸੇਜ ਦਿੱਤਾ ਗਿਆ ਵੀ ਆਪਣੇ ਪਾਰਟਨਰ, ਜਿੱਦਾਂ ਅੱਜ ਦੀ ਜਨਰੇਸ਼ਨ ਹੈ ਨਾ, ਕਈ ਕਮੀਆਂ ਕਰਕੇ ਇੱਕ ਦੂਜੇ ਦੇ ਉੱਤੇ ਬਲੇਮ ਕਰ ਦਿੰਦੇ, ਛੱਡ ਦਿੰਦੇ ਨੇ, ਰਿਸ਼ਤੇ ਨੂੰ ਤਾਰ ਤਾਰ ਕਰ ਦਿੰਦੇ ਨੇ, ਉਸ ਚੀਜ਼ ਦੇ ਉੱਤੇ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਵੀ ਇੰਨੀ ਮੁਸੀਬਤ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਥ ਨਹੀਂ ਛੱਡਿਆ। ਤਾਂ ਤੁਸੀਂ ਐਂਡ ਆਫ ਆਲ, ਮੈਂ ਇਹੀ ਕਹਿਣਾ ਚਾਹੁੰਦਾ ਵੀ ਮੂਵੀ ਨੂੰ 10 out of 10 ਨੰਬਰ ਨੇ, ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤੇ ਮਿਲਦੇ ਆ ਬੈਲ ਆਈਕਾਨ ਤੇ ਕਲਿੱਕ ਕਰ ਲਿਓ, ਤਾਂ ਮਿਲਦੇ ਆ ਨੈਕਸਟ ਵਲੌਗ।